ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਔਰ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਲਈ, ਜੋ ਕਿ ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਦੇ ਕੋਲ ਦੀ ਆ। ਅਤੇ ਆਪਾਂ ਉੱਥੇ ਇੱਕ ਸ਼ੋਟ ਲਿਆ, ਬਹੁਤ ਵਧੀਆ। ਸ਼੍ਰੀ ਹਨੂੰਮਾਨ ਜੀ ਦਾ ਦਰਸ਼ਨ ਜ਼ਰੂਰ ਕਰੋ ਤੁਸੀਂ ਇਸ ਵੀਡੀਓ ਦੇ ਵਿੱਚ। ਅਤੇ ਆਪਾਂ ਜਿੰਨਾ ਵੀ ਹੋ ਸਕੇ ਵਧੀਆ ਐਡੀਟਿੰਗ ਕੀਤੀ ਆ, ਅਤੇ ਇੱਕ ਵੀਡੀਓ ਆਪਾਂ ਅਪਲੋਡ ਕਰਾਂਗੇ ਬਹੁਤ ਜਲਦ ਤੋਂ ਜਲਦ। ਅਤੇ ਇਹ ਤੁਸੀਂ ਦੇਖ ਸਕਦੇ ਹਾਂ, ਅਤੇ ਅਸੀਂ ਜਾ ਰਹੇ ਹਾਂ ਬਸੰਤ ਮੇਲਾ ਦੇਖਣ। ਪਰ ਉਸ ਤੋਂ ਪਹਿਲਾਂ ਅਸੀਂ ਸ਼ੋਟ ਲਏ ਸੀਗੇ ਸ਼੍ਰੀ ਹਨੂੰਮਾਨ ਜੀ ਦੇ, ਜਿੱਥੇ ਕਿ ਸਭ ਤੋਂ ਵੱਡਾ ਦੁਸਹਿਰਾ ਲੱਗਦਾ ਹੈ ਹੁਸ਼ਿਆਰਪੁਰ ਦੇ ਵਿੱਚ। ਅਤੇ ਲੋਕ ਬੜੇ ਹੁੰਮਾ ਕੇ ਪਹੁੰਚਦੇ ਹਨ, ਅਤੇ ਹੁਣ ਵੀ ਕਈ ਲੋਕ ਇੱਥੇ ਜਾਂਦੇ ਮੱਥਾ ਦੇਖ ਰਹੇ ਹਨ ਅਤੇ ਆਸ਼ੀਰਵਾਦ ਲੈਂਦੇ ਹਨ। ਅਤੇ ਆਪਾਂ ਇਸ ਤੋਂ ਬਾਅਦ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ, ਜਿਸ ਦੇ ਵਿੱਚ ਅਸੀਂ ਲਖਨਪੁਰ ਦੇ ਲੱਡੂ ਟੇਸਟ ਕੀਤੇ, ਉਹ ਵੀ ਜਿੱਥੇ ਬਸੰਤ ਦਾ ਮੇਲਾ। ਤੁਸੀਂ ਦੇਖ ਸਕਦੇ ਇਹਨਾਂ ਦੀ ਜਿਹੜੀ ਆ ਸੈਟਅਪ ਆ, ਬਹੁਤ ਜ਼ਿਆਦਾ ਵਧੀਆ ਆ। ਅਤੇ ਨਾਲ ਨਾਲ ਇੱਧਰ ਜਿੱਥੇ ਛਿੰਝ ਦਾ ਮੁਕਾਬਲਾ ਬਸੰਤ ਵਾਲੇ ਦਿਨ ਹੁੰਦਾ ਆ, ਉੱਥੇ ਇਹ ਗਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਫੋਰ ਰੈਸਲਿੰਗ। ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਭਾਜੀ ਨੂੰ ਮਿਲੇ, ਜੋ ਕਿ ਆਈ ਥਿੰਕ ਲਖਨਪੁਰ ਤੋਂ ਨਹੀਂ ਹੈ, ਬਟ ਇਹਨਾਂ ਨੇ ਇਹ ਕੰਮ ਸਿੱਖਿਆ ਅਤੇ ਚਲਾਇਆ। ਅਤੇ ਇਹਨਾਂ ਦਾ ਬਹੁਤ ਹੀ ਛੋਟਾ ਜਿਹਾ ਸੈਟਅਪ ਆ, ਤੁਸੀਂ ਦੇਖ ਸਕਦੇ ਹੋ। ਲੇਖਾ ਲਖਨਪੁਰੀ ਲੱਡੂ ਕਰਾਰੇ ਐਂਡ ਇਹਦਾ ਪ੍ਰਾਈਸ ਸੀਗਾ ਅਰਾਊਂਡ 20 ਰੁਪੀਸ। ਅਤੇ ਜੋ ਕਿ ਇਹ ਭਾਜੀ ਨੇ ਬਹੁਤ ਜ਼ਿਆਦਾ ਵਧੀਆ ਨੇ, ਡਾਊਨ ਟੋਸ ਨੇ। ਅਸੀਂ ਇਹਨਾਂ ਨਾਲ ਗੱਲ ਕੀਤੀ ਅਤੇ ਇਹਨਾਂ ਨੇ ਸਾਨੂੰ ਐਕਸਟਰਾ ਇੱਕ ਮਿਰਚ ਵੀ ਇਹਨਾਂ ਨੇ ਰੱਖੀ ਹੋ ਫਰਾਈ ਕਰਕੇ, ਬਹੁਤ ਜ਼ਿਆਦਾ ਵਧੀਆ। ਅਤੇ ਤੁਸੀਂ ਦੇਖ ਸਕਦੇ ਇਹਨਾਂ ਨੂੰ ਖੱਟੇ ਲੱਡੂ ਵੀ ਬੋਲਦੇ ਆ। ਇਹਦੇ ਵਿੱਚ ਥੋੜ੍ਹਾ ਸੈਲਡ ਹੁੰਦਾ ਹੈ, ਜਿੱਦਾਂ ਗਾਜਰਾਂ ਅਤੇ ਮੂਲੀਆਂ ਦਾ ਸੈਲਡ ਸੀਗਾ। ਅਤੇ ਸਾਨੂੰ ਇਹ 20 ਰੁਪਏ ਦੀ ਪਰ ਪਲੇਟ ਪਈ ਸੀਗੀ, ਜੋ ਕਿ ਸਾਨੂੰ ਇਨਫ ਸੀਗੀ ਮੇਰੇ ਹਿਸਾਬ ਨਾਲ, ਕਿਉਂਕਿ ਸਾਨੂੰ ਇੰਨੀ ਜ਼ਿਆਦਾ ਭੁੱਖ ਨਹੀਂ ਸੀ। ਅਸੀਂ ਟੇਸਟ ਕੀਤਾ ਸੀ, ਬਹੁਤ ਜ਼ਿਆਦਾ ਵਧੀਆ ਸੀ। ਜ਼ਿਆਦਾ ਹਾਈਪ ਵੀ ਲੈ ਕੇ ਨਹੀਂ ਜਾ ਸਕਦੇ ਕਿ ਬਹੁਤ ਜ਼ਿਆਦਾ ਵਧੀਆ ਸੀ, ਮਤਲਬ ਠੀਕ ਸੀ, ਬਹੁਤ ਵਧੀਆ ਸੀ 20 ਰੁਪਏ ਦੇ ਵਿੱਚ। ਅਤੇ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ। ਅਤੇ ਹੁਣ ਅਸੀਂ ਭਾਜੀ ਨੂੰ ਕਿਹਾ ਇੱਕ ਪਲੇਟ ਲਗਾਓ ਸਾਡੇ ਲਈ, ਅਤੇ ਅਸੀਂ ਪੈਸੇ 20 ਰੁਪਏ ਦਿੱਤੇ ਅਤੇ ਭਾਜੀ ਨੇ ਸਾਨੂੰ ਲਗਾ ਕੇ ਦਿੱਤੀ ਪਲੇਟ। ਅਤੇ ਐਕਸਟਰਾ ਅਸੀਂ ਹਰੀ ਮਿਰਚ ਵੀ ਲਈ ਸੀ ਫਰਾਈ, ਉਹ ਵੀ ਬਹੁਤ ਸਪਾਈਸੀ ਸੀ। ਅਤੇ ਅਸੀਂ ਟੇਸਟ ਕੀਤਾ ਅਤੇ ਇੰਜੋਏ ਕੀਤਾ ਉੱਥੋਂ ਦੇ ਐਟਮੋਸਫੇਅਰ ਨੂੰ। ਅਤੇ ਮੋਹਰੇ ਛਿੰਝ ਦੀ ਜਿਹੜੀ ਪ੍ਰੈਕਟਿਸ ਚੱਲ ਰਹੀ ਸੀ, ਅਤੇ ਅਸੀਂ ਸਾਰਾ ਦੇਖਿਆ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਤੁਸੀਂ ਦੇਖ ਸਕਦੇ ਪਲੇਟ ਕਿਵੇਂ ਤਿਆਰ ਕੀਤੀ ਗਈ ਹੈ। ਫਿਰ ਉਹਦੇ ਉੱਪਰ ਸਭ ਤੋਂ ਬਾਅਦ ਉਹਨਾਂ ਨੇ ਮਿਰਚੀ ਦਾ ਪਕੌੜਾ, ਜਿਹਨੂੰ ਬੜਾ ਕਹਿੰਦੇ ਹੁੰਦੇ, ਉਹ ਰੱਖਿਆ ਗਿਆ। ਅਤੇ ਫਿਰ ਅਸੀਂ ਇਹਨੂੰ ਟੇਸਟ ਕੀਤਾ, ਮੈਂ ਅਤੇ ਮੇਰੇ ਫਰੈਂਡ ਸੀਗੇ, ਅਤੇ ਆਪਾਂ 2 ਜਣੇ ਸੀ। ਆਪਾਂ ਟੈਸਟ ਕੀਤਾ, ਬਹੁਤ ਜ਼ਿਆਦਾ ਟੇਸਟੀ ਸੀਗਾ, ਜੈਨੂਅਲੀ ਬਹੁਤ ਜ਼ਿਆਦਾ ਵਧੀਆ ਰਿਵਿਊ ਸੀ ਮੇਰਾ, ਕਿ 20 ਰੁਪੀਸ ਦੇ ਵਿੱਚ ਜੇ ਤੁਹਾਨੂੰ ਵਧੀਆ ਮੀਲ ਮਿਲਦੀ ਹੈ ਤਾਂ ਖਾ ਲੈਣੀ ਚਾਹੀਦੀ ਆ। ਅਤੇ ਹਾਈਜੈਨਿਕ ਵੀ ਬਹੁਤ ਜ਼ਿਆਦਾ ਵਧੀਆ ਸੀ, ਤੁਸੀਂ ਇਸ ਵੀਡੀਓ ਨੂੰ ਇੰਜੋਏ ਕਰੋ। ਅਤੇ ਹੁਣ ਆਪਾਂ ਤੁਹਾਨੂੰ ਖਾ ਕੇ ਟਰਾਈ ਕਰਕੇ ਦੱਸਦੇ ਹਾਂ ਅਤੇ ਇਹਦਾ ਟੇਸਟ ਕਿਵੇਂ ਸੀਗਾ। ਅਤੇ ਚਲੋ ਖਾਂਦੇ ਹਾਂ ਹੁਣ ਇਸ ਵਧੀਆ ਜੇ ਮੀਲ ਨੂੰ। ਅਤੇ ਹੁਣ ਮੈਂ ਟਰਾਈ ਕਰਨ ਲੱਗਾ, ਖਾ ਕੇ ਦੇਖਣ ਲੱਗਾ। ਅਤੇ ਮੇਰਾ ਨਾਮ ਹੈ ਕਰਮ, ਅਤੇ ਮੇਰੇ ਫੂਡ ਦਾ ਚੈਨਲ ਦਾ ਨੇਮ ਹੈਗਾ ਫੂਡ ਹੱਬ ਕਮਿਊਨਿਟੀ। ਅਤੇ ਮੈਂ ਜ਼ਿਆਦਾਤਰ ਹੁਸ਼ਿਆਰਪੁਰ ਦੀਆਂ ਵੀਡੀਓ ਹੀ ਪਾਉਣਾ। ਅਤੇ ਜਦੋਂ ਮੈਂ ਪਹਿਲਾ ਲੱਡੂ ਜਿਹੜਾ ਖਾਧਾ ਹੈ, ਤੁਸੀਂ ਇਹਨਾਂ ਤੋਂ ਡਰਾਈ ਵੀ ਲੈ ਸਕਦੇ ਹਾਂ, ਜੋ ਤਵੇ ਦੇ ਸੇਕ ਕੇ ਗਰਮ ਕਰਕੇ ਦਿੰਦੇ ਆ। ਬਟ ਮੈਂ ਜਿਹੜਾ ਉਹ ਭਿੱਜੇ ਹੁੰਦੇ ਆ ਵਿੱਚ ਚਟਨੀ ਦੇ, ਰੈੱਡ ਚਟਨੀ ਦੇ, ਉਹ ਲਏ ਸੀਗੇ। ਟੇਸਟ ਸਹੀ ਸੀਗਾ ਅਕੋਰਡਿੰਗ ਟੂ ਫਰਾਈ, ਅਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਵਧੀਆ ਸੀਗਾ। ਅਤੇ ਉਸ ਤੋਂ ਬਾਅਦ ਮੈਂ ਹਰੀ ਮਿਰਚ ਵੀ ਟੇਸਟ ਕੀਤੀ, ਜੋ ਸਪਾਈਸੀ ਸੀਗੀ, ਵਧੀਆ ਟੇਸਟ ਦੇ ਰਹੀ ਸੀ ਮਿਕਸ ਹੋ ਕੇ। ਤਾਂ ਫਿਰ ਮੈਨੂੰ ਬਹੁਤ ਵਧੀਆ ਲੱਗਾ, ਸੈਟਅਪ ਬਹੁਤ ਵਧੀਆ ਲੱਗਾ, ਜੇ ਤੁਹਾਨੂੰ ਵੀ ਵਧੀਆ ਲੱਗੇ। ਜੇ ਤੁਹਾਨੂੰ ਵੀ ਕਿਤੇ ਭਾਜੀ ਟੱਕਣ ਤਾਂ ਤੁਸੀਂ ਜ਼ਰੂਰ ਖਾਓ, ਹੈਲਪ ਕਰੋ ਇੱਦਾਂ ਦੇ ਬੰਦੇ ਦੀ, ਮਿਹਨਤ ਕਰਦੇ ਅਗਲੇ, ਮੰਗਦੇ ਨੇ ਉਹ।
ਤੇ ਮੈਨੂੰ ਵਧੀਆ ਲੱਗਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਜ਼ਿਆਦਾਤਰ ਹੁਸ਼ਿਆਰਪੁਰ ਦੇ ਵਿੱਚ ਹੀ ਹੁੰਦੇ ਇਹ ਘੁੰਮਦੇ, ਤੇ ਇੱਕ ਵਾਰੀ ਮੈਂ ਇਹਨਾਂ ਤੋਂ ਪਹਿਲਾਂ ਖਾਧੇ ਸੀ, ਸ਼ਾਇਦ ਮੈਨੂੰ ਇਹ ਗਲੀ 'ਚ ਕਿਸੇ ਮਿਲੇ ਸੀਗੇ, ਉਦੋਂ ਵੀ ਮੈਂ ਇਹਨਾਂ ਦੀ ਸ਼ੋਟ ਪਾਇਆ ਸੀ ਯੂਟਿਊਬ 'ਤੇ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ। ਅਤੇ ਉਸ ਤੋਂ ਬਾਅਦ ਮੇਰੇ ਫਰੈਂਡ ਨੇ ਵੀ ਟਰਾਈ ਕੀਤਾ, ਵਧੀਆ ਲੱਗਿਆ, ਅਤੇ ਹੁਣ ਆਪਾਂ ਇਹਨਾਂ ਨੇ ਇੱਕ ਫੋਟੋ ਕਰਾਉਣੀ ਆ, ਅਤੇ ਉਸ ਤੋਂ ਬਾਅਦ ਇਹਨੂੰ ਮਿਲ ਕੇ ਤਾਂ ਆਪਾਂ ਵੀਡੀਓ ਐਂਡ ਕਰ ਦੇਣਾ। ਅਤੇ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਆ, ਅਤੇ ਲਾਈਕ ਵੀ ਕਰਨਾ, ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ, ਅਤੇ ਇਹਨਾਂ ਦੀ ਵੀ ਹੈਲਪ ਹੋ ਸਕੇ, ਮੇਰੀ ਵੀ ਹੈਲਪ ਹੋ ਸਕੇ। ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ, ਮਿਲਦੇ ਹਾਂ ਇੱਕ ਹੋਰ ਨਵੇਂ ਬਲੌਗ 'ਚ। ਅਤੇ ਹੁਣ ਜਿਹੜਾ ਨਵਾਂ ਬਲੌਗ ਆਊਗਾ ਉਹਦੇ ਵਿੱਚ ਸਭ ਤੋਂ ਵਧੀਆ ਆਰਟਿਸਟ ਜਿਹੜੇ ਹੁੰਦੇ ਆ, ਲੈਜੈਂਡ ਮੂਰਤੀਆਂ ਬਣਾਉਂਦੇ, ਉਹ ਤੁਹਾਨੂੰ ਦਿਖਾਉਣਗੇ। ਥੈਂਕ ਯੂ।